ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹੀਆਂ ਲਾਉਣ ਤੋਂ ਬਾਅਦ ਅੱਜ ਬਾਗੀ ਧੜੇ ਵੱਲੋਂ ਮੀਟਿੰਗ ਰੱਖੀ ਗਈ ਹੈ। ਗੱਲਬਾਤ ਕਰ ਲਿਆ ਪਰਮਿੰਦਰ ਸਿੰਘ ਢੀਂਡ ਸਾਹਿਬ ਨੇ। ਢੀਂਡ ਸਾਹਿਬ ਮੀਟਿੰਗ ਕਰ ਰਹੇ ਹੋ ਅੱਜ, ਕੱਲ੍ਹ ਤਨਖਾਹੀਆਂ ਐਲਾਨ ਕਰ ਦਿੱਤਾ ਜਾਂਦਾ ਅਕਾਲ ਤਖ਼ਤ ਸਾਹਿਬ ਵੱਲੋਂ, ਅਤੇ ਨਾਲ ਹੀ ਮੰਤਰੀਆਂ ਨੂੰ ਵੀ ਕਿਤੇ ਨਾ ਕਿਤੇ ਤਲਬ ਕੀਤਾ, ਮੰਤਰੀ ਵੀ ਜਵਾਬਦੇਹੀ ਕੀ ਕਹਿਣਾ? ਦੇਖੋ, ਜੋ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਉਹ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਸਾਡੀ ਡਿਊਟੀ ਹੈ ਵੀ ਉਹਦੀ ਪੂਰੀ ਜੋ ਹੁਕਮ ਹੈ ਉਹਦੇ ਪਾਲਣਾ ਕੀਤੀ ਜਾਵੇ। ਸੋ ਅਸੀਂ ਲਿਖਤੀ ਰੂਪ ਵਿੱਚ ਜੋ ਵੀ ਸਾਡੇ ਧਿਆਨ 'ਚ ਹੈ, ਜੋ ਸਾਡਾ ਰੋਲ ਰਿਹਾ, ਜੋ ਕੁਛ ਸਾਡੇ ਧਿਆਨ 'ਚ ਗੱਲਾਂ ਆਈਆਂ, ਉਹ ਸਾਰੀਆਂ ਲਿਖਤੀ ਰੂਪ 'ਚ ਅਸੀਂ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਦੇ ਕੇ ਆਵਾਂਗੇ। ਅਤੇ ਜੋ ਵੀ ਅੱਗੇ ਵੀ ਭਵਿੱਖ ਵਿੱਚ ਵੀ ਜੋ ਹੁਕਮ ਹੋਵੇਗਾ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਅਸੀਂ ਪਾਲਣਾ ਕਰਾਂਗੇ। ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਪਾਰਟੀ ਦਾ, ਕੱਲ੍ਹ ਕੇਸਗੜ੍ਹ ਸਾਹਿਬ ਵੀ ਨਤਮਸਤਕ ਹੋਏ ਨੇ, ਕੀ ਕਹਿਣਾ? ਮੈਂ ਤਾਂ ਇਹ ਕਹਾਂਗਾ ਵੀ ਜਦ ਕਾਰਜਕਾਰੀ ਪ੍ਰਧਾਨ ਉਦੋਂ ਲਾਉਣ ਦਾ ਹੁੰਦਾ ਜਦ ਪ੍ਰਧਾਨ ਖੁਦ ਇਨਕਪੈਸੀਟੇਟ ਹੋਇਆ ਹੋਵੇ। ਅਤੇ ਪਰ ਜਾਂ ਤਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਛੱਡ ਦੇ, ਫਿਰ ਕਾਰਜਕਾਰੀ ਪ੍ਰਧਾਨ ਲਾਉਣ ਦਾ ਕੋਈ ਗੱਲ ਸਮਝ ਆਉਂਦੀ ਹੈ। ਪਰ ਹੁਣ ਕੱਲ੍ਹ ਜਿਹੜੀ ਘਟਨਾ ਹੋਈ ਹੈ, ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਉਸ ਤੋਂ ਬਾਅਦ ਵੈਸੇ ਹੀ ਸੁਖਬੀਰ ਸਿੰਘ ਬਾਦਲ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਕਿਉਂਕਿ ਇੱਕ ਵਿਅਕਤੀ ਜਿਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਉਹਦਾ ਅਕਾਲੀ ਦਲ ਦਾ ਪ੍ਰਧਾਨ ਰਹਿਣਾ ਤਾਂ ਕਿਸੇ ਵੀ ਰੂਪ 'ਚ ਜਾਇਜ਼ ਨਹੀਂ ਹੈ। ਸੋ ਮੈਂ ਇਹ ਸਮਝਦਾ ਵੀ ਉਹਨਾਂ ਨੂੰ ਖੁਦ ਹੀ ਇਹ ਸੋਚ ਕੇ ਅਸਤੀਫਾ ਦੇ ਦੇਣਾ ਚਾਹੀਦਾ। ਇਹਦੇ ਵਿੱਚ ਹੀ ਇੱਕ ਤਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਵਧੇਗੀ, ਅਤੇ ਜਿਹੜਾ ਉਹਨਾਂ ਦਾ ਹੁਕਮ ਹੈ ਉਹਦੀ ਅਸਲ ਮਾਨੇ 'ਚ ਪਾਲਣਾ ਹੋਈ। ਕਿਉਂਕਿ ਇੱਕ ਤਨਖਾਹੀਏ ਨਾਲ ਕੋਈ ਵੀ ਕਿਸੇ ਰੂਪ 'ਚ ਕੋਈ ਵੀ ਵਿਅਕਤੀ ਜਿਹੜਾ ਸਿੱਖ ਹੈ ਉਹ ਸੰਬੰਧ ਨਹੀਂ ਰੱਖ ਸਕਦਾ, ਉਹਨੂੰ ਮਿਲ ਨਹੀਂ ਸਕਦਾ, ਅਤੇ ਫਿਰ ਪ੍ਰਧਾਨ ਦੇ ਰੂਪ 'ਚ ਕਿਵੇਂ ਉਹ ਬੰਦਾ ਚੱਲ ਸਕਦਾ? ਕਹਿੰਦੇ ਕਿ ਆਪਸੀ ਬਿਆਨਬਾਜ਼ੀ ਨੂੰ ਛੱਡ ਕੇ ਅਸੀਂ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਕਹਿੰਦੇ ਕਿ ਇਕੱਠੇ ਹੋ ਕੇ ਇਹ ਬਿਆਨਬਾਜ਼ੀਆਂ ਤੋਂ ਇਲਾਵਾ ਅਸੀਂ ਗੱਲਬਾਤ ਕਰ ਲਈਏ, ਮੈਂ ਸੱਦਾ ਦਿੰਦਾ ਕਿ ਆਪਸ ਆ ਕੇ ਗੱਲਬਾਤ ਕਰੀਏ। ਦੇਖੋ, ਸਾਨੂੰ ਕੋਈ ਗੱਲਬਾਤ 'ਚ ਤਾਂ ਕੋਈ ਹੈ ਹੀ ਨਹੀਂ, ਅਸੀਂ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਿਹੜਾ ਅੱਗੇ ਤੁਰੇ ਹਾਂ। ਜੇ ਕੋਈ ਗੱਲ ਅਕਾਲੀ ਦਲ ਦੀ ਮਜ਼ਬੂਤ ਕਰਨ ਦੀ ਆਉਂਦੀ ਹੈ ਤਾਂ ਅਸੀਂ ਹਰ ਚੀਜ਼ ਨੂੰ ਤਿਆਰ ਹਾਂ, ਕੋਈ ਇਸ ਤਰੀਕੇ ਦੀ ਕੋਈ ਗੱਲ ਨਹੀਂ ਵੀ ਅਸੀਂ ਫਲੈਕਸੀਬਲ ਨਹੀਂ ਹੈਗੇ। ਸਾਡੀ ਇੱਕੋ ਹੀ ਗੱਲ ਸੀ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ, ਅਤੇ ਸਾਨੂੰ ਤਾਂ ਅਸੀਂ ਤਾਂ ਹਰ ਚੀਜ਼ ਲਈ ਤਿਆਰ ਹੈ। ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ, ਬਸ਼ਰਤ ਇਹ ਹੈ ਵੀ ਜੇ ਸਾਡੇ ਨਾਲ, ਜੇ ਸਾਨੂੰ ਸਾਡੇ ਲਾਂਭੇ ਹੋਣ ਨਾਲ ਜੇ ਅਕਾਲੀ ਦਲ ਮਜ਼ਬੂਤ ਹੁੰਦਾ, ਅਸੀਂ ਤਾਂ ਉਹਦੇ ਲਈ ਵੀ ਤਿਆਰ ਹਾਂ। ਅਕਾਲ ਤਖ਼ਤ ਸਾਹਿਬ ਕਿੱਦੇ ਜਵਾਬਦੇਹੀ ਕਰਨ ਜਾਣਗੇ? ਕਿਉਂਕਿ ਮੰਤਰੀਆਂ ਦਾ ਵੀ ਕੁਛ ਦਾ ਨਾਮ ਹੈ, ਕੁਛ ਅਕਾਲੀ ਦਲ 'ਚ ਹੈਗੇ ਨੇ, ਕੁਛ ਇੱਥੋਂ ਜਹਾਨ ਤੋਂ ਤੁਰ ਗਏ, ਕਿ ਸਾਰਿਆਂ ਨੂੰ ਬੁਲਾਇਆ ਗਿਆ, ਕੀ ਕਹਿਣਾ ਜੀ? ਦੇਖੋ, ਅਸੀਂ 15 ਦਿਨ ਦੇ ਵਿੱਚ ਵਿੱਚ ਜਾ ਕੇ ਪੇਸ਼ ਹੋ ਕੇ ਸਾਰੀ ਜੋ ਆਪਦਾ ਪੱਖ ਹੈ, ਜੋ ਸਾਡੇ ਧਿਆਨ 'ਚ ਹੈ ਚੀਜ਼ਾਂ, ਜੋ ਘਟਨਾਕ੍ਰਮ ਸਾਡੇ ਧਿਆਨ 'ਚ ਆ, ਉਹ ਰੱਖਾਂਗੇ ਲਿਖਤੀ ਰੂਪ 'ਚ। ਕੀ ਏਜੰਡਾ ਰਹਿਣਾ ਮੀਟਿੰਗ ਦੇ ਵਿੱਚ, ਕੀ ਕੁਛ? ਦੇਖੋ, ਮੀਟਿੰਗ ਤਾਂ ਪੁਰਾਣੀ ਰੱਖੀ ਹੋਈ ਸੀ ਕਿਉਂਕਿ ਨਵੇਂ ਜਿਹੜਾ ਹੈ ਐਗਜ਼ੈਕਟਿਵ ਬਣਾਈ ਸੀ, ਪਾਰਟੀ ਦੀ ਐਡਵਾਈਜ਼ਰੀ ਬੋਰਡ ਬਣਾਇਆ ਸੀ, ਉਹਦੀ ਪਹਿਲੀ ਮੀਟਿੰਗ ਰੱਖੀ ਗਈ ਹੈ। ਇਹ ਮੀਟਿੰਗ 2-3 ਦਿਨ ਪਹਿਲਾਂ ਹੀ ਫਿਕਸ ਕੀਤੀ ਗਈ ਸੀ। ਤਾਂ ਸਿੱਧੇ ਤੌਰ 'ਤੇ ਜਿਹੜੇ ਕਿ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲੈਣ 'ਚ ਲਈ ਗਈ ਹੈ ਜੋ ਬਾਗੀ ਧੜੇ ਵੱਲੋਂ, ਉਹਨਾਂ ਵੱਲੋਂ ਅੱਜ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਬਕਾਇਦਾ ਤਮਾਮ ਜੋ ਬਾਗੀ ਧੜੇ ਦੇ ਅਕਾਲੀ ਨੇ ਉਹ ਅੱਜ ਇਕੱਠੇ ਹੋ ਰਹੇ ਨੇ। ਸਿੱਧੇ ਤੌਰ 'ਤੇ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਬਹੁਤ ਸਾਰੇ ਮੁੱਦੇ ਰੱਖੇ ਜਾਣਗੇ ਭਾਵੇਂ ਅਕਾਲੀ ਦਲ ਨਾਲ ਸੰਬੰਧਿਤ ਨੇ, ਅਤੇ 15 ਦਿਨ ਦੇ ਵਿੱਚ ਜਿੰਨਾ ਵੀ ਮੰਤਰੀਆਂ ਨੂੰ ਜੋ ਉਸ ਸਮੇਂ ਦੇ ਅਕਾਲੀ ਸਰਕਾਰ ਵੇਲੇ ਸੀ। ਸਿੰਘ ਸਾਹਿਬਾਨਾਂ ਦਾ ਫੈਸਲਾ ਜਿਹਦਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਇਆ, ਉਹ ਮੈਂ ਸਮਝਦਾ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦਾ, ਔਰ ਜਿਹੜੀਆਂ ਭਾਵਨਾਵਾਂ ਪੰਥ ਦੀਆਂ, ਪੰਜਾਬੀਆਂ ਦੀਆਂ, ਪੰਥ ਹਿਤੈਸ਼ੀਆਂ ਦੀਆਂ, ਪੰਜਾਬ ਹਿਤੈਸ਼ੀਆਂ ਦੀ ਫਰਿਆਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਗਏ ਸੀ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਆਗੂ, ਉਹਨਾਂ ਨੇ ਉਸ ਗੱਲ ਨੂੰ ਠੀਕ ਮੰਨਿਆ।
ਔਰ ਇਹ ਸਾਬਤ ਕਰਤਾ ਕਿ ਜੋ ਅਸੀਂ ਫਰਿਆਦ ਲੈ ਕੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਉਹ ਪੰਥ ਦੀ ਫਰਿਆਦ ਸੀ, ਉਹ ਪੰਜਾਬੀਆਂ ਦੀ ਫਰਿਆਦ ਸੀ, ਪੰਥ ਹਿਤੈਸ਼ੀਆਂ ਦੀ ਫਰਿਆਦ ਸੀ, ਉਹ ਨਾਗਪੁਰ ਦੀ ਫਰਿਆਦ ਨਹੀਂ ਸੀ, ਉਹ ਬੀਜੇਪੀ ਦੀ ਸਾਜ਼ਿਸ਼ ਨਹੀਂ ਸੀ, ਉਹ ਪੰਥ ਦਾ ਸੁਨੇਹਾ ਸੀ, ਉਹ ਕਿਸੇ ਹੋਰ ਸਾਜ਼ਿਸ਼ ਦੇ ਤਹਿਤ ਨਹੀਂ ਸੀ। ਅੱਜ ਮੈਂ ਤਾਂ ਇਹ ਵੀ ਕਹਾਂਗਾ ਕਿ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਉਹ ਸੁਨੇਹਾ ਪੰਥ ਦਾ ਸੁਨੇਹਾ ਦੇਣ ਵਾਲਿਆਂ ਨੂੰ, ਜਿਹੜੇ ਜਿਸ ਸੁਨੇਹੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਨੇ ਪੰਥ ਦਾ ਸੁਨੇਹਾ ਮੰਨ ਕੇ ਦਰੁਸਤ ਠਹਿਰਾਇਆ, ਉਹ ਮਤਲਬ ਸੁਨੇਹਾ ਦੇਣ ਵਾਲਿਆਂ ਨੂੰ ਗੁਦਾਰ ਕਹਿਣਾ, ਬੀਜੇਪੀ ਦੇ ਏਜੰਟ ਕਹਿਣਾ, ਉਸ ਗੱਲ 'ਤੇ ਮਾਫ਼ੀ ਮੰਗਣੀ ਚਾਹੀਦੀ ਆ। ਔਰ ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਰਤ ਅਸਤੀਫਾ ਦੇਣਾ ਚਾਹੀਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੰਨ ਕੇ, ਕਿਉਂਕਿ ਉਹਨਾਂ ਨੇ ਬੜਾ ਸਪਸ਼ਟ ਕਿਹਾ, ਉਹਨਾਂ ਨੂੰ ਗੁਨਾਹਗਾਰ ਮੰਨਿਆ, ਉਹਨਾਂ ਨੂੰ ਜਿਹੜਾ ਤਨਖਾਹੀਆ ਕਰਾਰ ਦਿੱਤਾ। ਮਰਿਆਦਾ ਵੀ ਇਹ, ਪਰੰਪਰਾ ਵੀ ਇਹ ਰਹੀ ਆ, ਜਿਹੜਾ ਤਨਖਾਹੀਆ ਕਰਾਰ ਹੋਵੇ ਉਹ ਕਿਸੇ ਵੀ ਪੰਥਕ ਸੰਸਥਾ ਦੀ ਅਗਵਾਈ ਨਹੀਂ ਕਰ ਸਕਦਾ, ਇਹ ਬੜੀ ਸਪਸ਼ਟ ਗੱਲ ਆ। ਪਰ ਇਸ ਕੇਸ ਵਿੱਚ ਤਾਂ ਸਪੈਸੀਫਿਕ ਉਹਨਾਂ ਨੇ ਕਹਿਤਾ ਕਿ ਸਰ ਸੁਖਬੀਰ ਸਿੰਘ ਬਾਦਲ ਨੂੰ ਜਿੰਨੀ ਦੇਰ ਉਹ ਤਨਖਾਹੀਆ ਨੇ ਇੱਕ ਆਮ ਸਿੱਖ ਦੀ ਤਰ੍ਹਾਂ ਵਿਚਰਨਾ ਚਾਹੀਦਾ, ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਵਿਚਰਨਾ ਚਾਹੀਦਾ, ਉਹਦਾ ਸਪਸ਼ਟ ਭਾਵ ਆ ਪੰਥਕ ਭਾਸ਼ਾ ਦੇ ਵਿੱਚ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣਾ ਚਾਹੀਦਾ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੁਰਤ ਸੁਖਬੀਰ ਸਿੰਘ ਹੁਣ ਬਾਦਲ ਨੂੰ ਮੰਨ ਕੇ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ। ਔਰ ਮੈਂ ਸਮਝਦਾ ਕਿ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿਹਰਦ ਲੋਕ ਨੇ, ਪੰਥ ਪ੍ਰਸਤ ਲੋਕ ਨੇ, ਉਹਨਾਂ ਲਈ ਮਤਲਬ ਰਾਹ ਖੁੱਲ੍ਹਿਆ ਰਹੇ, ਨਹੀਂ ਤਾਂ ਉਹਨਾਂ ਨੂੰ ਕਿਤੇ ਧਾਰਮਿਕ ਸੰਕਟ ਵਿੱਚ ਨਾ ਸਾ ਸੁਖਬੀਰ ਸਿੰਘ ਬਾਦਲ ਪਾਉਣ, ਕਿਉਂਕਿ ਇਹਨਾਂ ਜਿੰਨੀ ਦੇਰ